ਸਾਡੇ ਆਗੂਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਰਹੀ ਆ। ਔਰ ਪੰਜਾਬ ਦੇ ਵਿੱਚ ਕਿਤੇ ਵੀ ਇਹ ਨਹੀਂ ਹੋਇਆ, ਪੰਜਾਬ ਦੇ ਵਿੱਚ ਅੱਜ ਕਿਤੇ ਵੀ ਕੋਈ ਸਾਡਾ ਆਗੂ ਜਿਹੜਾ ਵਾ ਉਹ ਥਾਣੇ ਨਹੀਂ ਬਣਦਾ। ਇਸੇ ਤਰ੍ਹਾਂ ਚੱਲ ਰਿਹਾ ਜਿਵੇਂ ਇਸ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਦਾ ਘਾੜ ਕਰਨ ਵਾਸਤੇ ਇੱਥੋਂ ਦੀ ਪੰਜਾਬ ਪੁਲਿਸ ਜਿਹੜੀ ਉਹ ਲੱਗੀ ਹੋਈ ਸੀ, ਔਰ ਹੁਣ ਵੀ ਜਿਹੜੇ ਇੱਥੋਂ ਦੇ ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਸਾਡੇ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਨੂੰ ਜਿਹੜੇ ਲਗਾਤਾਰ ਹੁਣ ਮੁਖਤਿਆਰ ਸਿੰਘ ਨੂੰ ਪਹਿਲਾਂ ਜਿਹੜਾ ਵਾ ਉਹ ਰਾਸਤ 'ਚ ਲੈ ਗਿਆ ਜਦੋਂ ਨਰਿੰਦਰ ਮੋਦੀ ਨੇ ਆਉਣਾ ਸੀ, ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਦੋਂ ਅਰਵਿੰਦ ਕੇਜਰੀਵਾਲ ਨੇ ਆਉਣਾ ਸੀ। ਇਸ ਕਰਕੇ ਸਾਥੀਓ ਇੱਕ ਗੱਲ ਸਮਝ ਆ ਗਈ ਹੈਗੀ ਆ, ਸਮਾਂ ਜਿਹੜਾ ਵਾ ਸਾਡਾ ਰੋਸ ਪ੍ਰਦਰਸ਼ਨ ਚੱਲਦਾ ਰਹੂਗਾ, ਔਰ ਅਸੀਂ ਇੱਕ ਲਗਾਤਾਰ ਗੱਲ ਕਹਿ ਰਹੇ ਸੀਗੇ ਲੋਕਾਂ ਤੱਕ ਇਹ ਗੱਲ ਰਹਿ ਗਈ। ਝਾੜਵਾਲਿਆਂ ਦੀ ਸਰਕਾਰ ਮੁਰਦਾਬਾਦ, 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 ਦੀ ਪੁਲਿਸ ਮੁਰਦਾਬਾਦ, ਮੁਰਦਾਬਾਦ, ਪੰਜਾਬ ਸਿੰਘ ਨੂੰ ਰਿਹਾ ਕਰੋ, ਪ੍ਰੋਟੈਸਟ ਕਰ ਰਹੇ ਸੀ। ਅੱਜ ਸਵੇਰ ਦੇ ਸਵੇਰੇ ਰੋਡ ਜੈਮਲ ਸਿੰਘ ਦੀ ਪੁਲਿਸ ਨੇ ਮੁਖਤਿਆਰ ਸਿੰਘ ਮਾਨਪੁਰਸੋਂ ਤੋਂ ਸਾਡਾ ਜਿਹੜਾ ਕਿਸਾਨ ਲੀਡਰ ਵਾ ਉਹਨੂੰ ਅਰੈਸਟ ਕਰਕੇ ਅਤੇ ਜਿਹੜਾ ਇੱਥੇ ਥਾਣੇ ਬੰਦ ਕੀਤਾ ਵਾ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੱਧਰ 'ਤੇ ਦੇਸ਼ ਪੱਧਰ 'ਤੇ ਨਾਰਾ ਵਾ ਸਾਡੀ ਜਥੇਬੰਦੀ ਦਾ, ਭਾਜਪਾ ਹਰਾਓ, ਭਾਜਪਾ ਭਜਾਓ, ਕਿਉਂਕਿ ਉਹ ਭਾਜਪਾ ਵਾ ਜਿਹਨੇ ਦਿੱਲੀ ਬਾਰਡਰ 'ਤੇ ਜਾਣ ਵਾਸਤੇ ਸਾਡੇ ਰਾਹਾਂ ਦੇ ਵਿੱਚ ਜਿਹੜਾ ਨਾ ਕਿੱਲ ਕੱਢੇ ਸੀ, ਤਾਰਾਂ ਵਿਛਾਈਆਂ ਔਰ ਕੰਧਾਂ ਖੜੀਆਂ ਕੀਤੀਆਂ ਸੀ, ਔਰ ਸਾਡੇ ਸ਼ੁਭ ਕਰਨ ਦਾ ਜਿਹੜਾ ਨੌਜਵਾਨ ਦਾ ਕਤਲ ਕੀਤਾ ਪੰਜਾਬ ਦੇ ਹੱਥ ਵਿੱਚ ਆ ਕੇ, ਸਾਡੇ ਟਰੈਕਟਰਾਂ ਦਾ ਸਮਾਨ ਭੰਨਿਆ ਗਿਆ। ਉਹ ਪਾਰਟੀ ਜਿਹੜੀ ਸਾਨੂੰ ਦਿੱਲੀ ਨੇ ਜਿਹੜੀ ਬੀਜੇਪੀ ਜਿਹੜੀ ਸਾਨੂੰ ਦਿੱਲੀ ਨੇ ਵੜਨ ਦਿੰਦੀ, ਜਿਹੜੀ ਹਰਿਆਣਾ ਨੇ ਟੱਪਣ ਦਿੰਦੀ, ਅਸੀਂ ਉਹਦਾ ਪੰਜਾਬ ਦੇ ਵਿੱਚ ਉਹਦੇ ਆਗੂਆਂ ਦਾ ਵਿਰੋਧ ਕਰਾਂਗੇ। ਅਸੀਂ ਤੁਹਾਨੂੰ ਜੇ ਤੁਸੀਂ ਸਾਨੂੰ ਉੱਥੇ ਨਹੀਂ ਵੜਨ ਦੇਣਾ, ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਜੇ ਤੁਸੀਂ ਆਓਗੇ ਅਸੀਂ ਤੁਹਾਡਾ ਵਿਰੋਧ ਕਰੋਗੇ। ਸਾਡਾ ਨਾਰਾ ਇਹ ਹੈ, ਪਰ ਅੱਜ ਸਾਨੂੰ ਨਹੀਂ ਪਤਾ ਲੱਗਦਾ ਵੀ ਨਾ ਤਾਂ ਇੱਥੇ ਅਮਿਤ ਸ਼ਾਹ ਆ ਰਿਹਾ, ਨਾ ਇੱਥੇ ਮੋਦੀ ਆ ਰਿਹਾ, ਮੁਖਤਿਆਰ ਸਿੰਘ ਨੂੰ ਕਿਉਂ ਫੜਿਆ ਵਾ। ਹਾਂ, ਜਿੱਦਣ 24 ਤਰੀਕ ਨੂੰ ਮੋਦੀ ਨੇ ਆਉਣਾ ਸੀਗਾ ਉਸ ਦਿਨ ਵੀ ਮੁਖਤਿਆਰ ਨੂੰ ਅਰੈਸਟ ਕੀਤਾ ਗਿਆ ਸੀ, ਸਾਡੇ ਹੋਰ ਆਗੂ ਨੂੰ ਵੀ ਅਰੈਸਟ ਕੀਤਾ ਸੀ, ਅਸੀਂ ਵੀ ਵੱਡੇ ਪੱਧਰ ਦੇ ਉੱਤੇ ਝੰਡੇ ਚੱਕ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਸੀ। ਪਰ ਅੱਜ ਜਦੋਂ ਕੇਜਰੀਵਾਲ ਨੇ ਆਉਣਾ ਸਾਡਾ ਸਿਰਫ ਇੰਨਾ ਕੁ ਹੁੰਦਾ ਕਿ ਬੀਜੇਪੀ ਨੂੰ ਜਿਹੜਾ ਨਾ ਵੰਡ ਨਹੀਂ ਦੇਣਾ, ਉਹਦਾ ਭਾਸ਼ਣ ਚੱਲਣ ਨਹੀਂ ਦੇਣਾ, ਬਾਕੀ ਪਾਰਟੀਆਂ ਨੂੰ ਸਵਾਲ ਪੁੱਛੋ, ਸਵਾਲ ਇਹੀ ਪੁੱਛਣੇ ਨੇ ਵੀ ਜਿਹੜਾ ਪਿਛਲੀਆਂ 22 ਦੀਆਂ ਚੋਣਾਂ ਵਿੱਚ ਤੁਸੀਂ ਵਾਅਦਾ ਕੀਤਾ ਲਾਗੂ ਕੀਤਾ ਕਿ ਨਹੀਂ ਕੀਤੇ, ਪਰ ਇੱਥੋਂ ਦੀ ਪੁਲਿਸ ਜਿਹੜੀ ਆ ਬਖਲਾ ਗਈ ਆ, ਉਹ ਚਾਹੁੰਦੀ ਨਹੀਂ ਹੈ, ਔਰ ਸਾਡੇ ਕਿਸਾਨ ਆਗੂ ਨੂੰ ਚੱਕ ਕੇ ਲੈ ਆਉਂਦਾ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਉਹਨੂੰ ਤੁਰੰਤ ਬਿਨਾਂ ਸ਼ਰਤ ਜਿਹੜਾ ਸਾਡੇ ਹਵਾਲੇ ਕੀਤਾ ਜਾਏ, ਡਿਪਟੀ ਨਾਲ ਹੁਣੇ ਗੱਲ ਹੋਈ ਆ, ਉਹ ਕਹਿੰਦੇ ਨੇ ਵਾ ਭੇਜ ਦਿੰਦੇ ਹਾਂ, ਪਰ ਅਸੀਂ ਕਹਿੰਦੇ ਹਾਂ ਬਿਲਕੁਲ ਧੱਕਾ ਵਾ ਪੁਲਿਸ ਦਾ, ਇਹ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣ ਵਾਲੀ ਗੱਲ ਆ, ਜਿਹਨੂੰ ਅਸੀਂ ਕਦਾਚਿਤ ਸਹਿਣ ਨਹੀਂ ਕਰਾਂਗੇ, ਔਰ ਜਿੰਨੀ ਦੇਰ ਤੱਕ ਸਾਡਾ ਬੰਦਾ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਪ੍ਰੋਟੈਸਟ ਜਾਰੀ ਰਹੂਗਾ।